ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰੋ, ਇੱਕ ਅਪਡੇਟ ਦੇਣੀ ਸੀ ਸਾਰੇ ਵੀਰਾਂ ਨੂੰ। ਇੱਕ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣਗੀ ਵੀ ਇੱਕ ਪੱਪੀ ਨਾਮ ਦੇ ਇੱਕ ਵੀਰ ਨੂੰ, ਜਿਹੜਾ ਕਿ 16 ਸਾਲ ਤੋਂ ਇੱਕ ਗੁੱਜਰ ਨੇ ਆਪਣੇ ਡੇਰੇ ਦੇ ਵਿੱਚ ਬੰਦੀ ਬਣਾ ਕੇ ਤੋਂ ਗੋਹਾ ਸਟਾਇਆ ਜਾਂਦਾ ਸੀ। ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕੈਂਬੇ ਗੁਲੀਆਂ ਪਿੰਡ ਦਾ ਉਹ ਵੀਰ ਸੀ, ਜਿਹੜਾ ਤੁਸੀਂ ਸਾਰਿਆਂ ਵੀਰਾਂ ਨੇ ਅਪੀਲ ਕੀਤੀ ਸੀ ਤੁਹਾਨੂੰ ਸੁਸਾਇਟੀ ਨੇ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਤੇ ਤੁਸੀਂ ਸਾਰਿਆਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਇਨਸਾਨੀਅਤ ਨੂੰ ਪਿਆਰ ਕਰਦੇ ਹੋਏ ਤੁਸੀਂ ਸਾਰਿਆਂ ਨੇ ਉਹ ਵੀਡੀਓ ਬਹੁਤ ਸ਼ੇਅਰ ਕੀਤੀ। ਇੱਕ ਦਿਨ ਦੇ ਵਿੱਚ ਉਸ ਵੀਡੀਓ ਦੇ ਬਹੁਤ ਵਿਊ ਹੋਏ, ਤਾਂ ਉਸ ਜਿਹੜਾ ਉਹ ਵੀਰ ਆ ਪੱਪੀ, ਉਹਦੇ ਪਰਿਵਾਰ ਲੱਭ ਗਿਆ। ਨੰਦਣ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬਜਵਾੜੇ ਦੇ ਲਾਗੇ ਉਹ ਪਿੰਡ ਦਾ ਵਸਨੀਕ ਆ। ਅੱਜ ਸਾਡੀ ਸੁਸਾਇਟੀ ਉਸ ਪੱਪੀ ਨੂੰ ਉਸ ਪਿੰਡ ਦੇ ਵਿੱਚ ਛੱਡਣ ਗਈ ਆ। ਤੁਸੀਂ ਦੇਖ ਸਕਦੇ ਹਾਂ ਕਿੱਦਾਂ ਪਿੰਡ ਨੇ ਸਵਾਗਤ ਕੀਤਾ, ਢੋਲ ਦੇ ਨਾਲ ਸਾਰਾ ਪਿੰਡ ਉਹਨੂੰ ਲੈਣ ਆਇਆ ਅੱਗੇ। ਵੀਰੋ ਇਹ ਸੀਨ ਦੇਖ ਕੇ, ਇਹ ਜਿਹੜਾ ਦੇਖ ਕੇ ਇੱਕ ਦਿਲ ਦੇ ਵਿੱਚ ਆਇਆ ਵੀ ਜਿਹੜਾ ਅਸੀਂ ਇੱਕ ਸੁਪਨਾ ਲੈ ਕੇ ਇਹ ਸੁਸਾਇਟੀ ਦੀ ਇਹ ਸ਼ੁਰੂ ਕੀਤੀ ਸੀ, ਉਹ ਅੱਜ ਪਰਮਾਤਮਾ ਨੇ ਉਹਦੇ ਵੱਲ ਜਿਹੜੇ ਵੱਧਦੇ ਕਦਮ ਸਾਡੇ ਜਾ ਰਹੇ ਆ, ਉਹ ਸੁਪਨੇ ਨੂੰ ਪੂਰਾ ਕਰਨ ਜਾ ਰਹੇ ਹਾਂ। ਕਿੰਨੇ ਵੀਰ ਅਸੀਂ ਲਵਾਰਸ ਨਾਥ ਜਿਹੜੇ ਆਪਣੇ ਪਰਿਵਾਰਾਂ ਦੇ ਨਾਲ ਵਿਛੜਿਓ ਅਸੀਂ ਮਿਲਾਉਣ ਜਾ ਰਹੇ ਹਾਂ, ਅਤੇ ਮਿਲਾਏ ਵੀ ਆ, ਅਤੇ ਪਰਮਾਤਮਾ ਕਰੇ ਇੱਦਾਂ ਹੀ ਸਾਡੇ ਤੋਂ ਸੇਵਾ ਜਿਹੜੀ ਲੈਂਦੇ ਰਹਿਣ, ਕਿਉਂਕਿ ਅਸੀਂ ਆਪ ਨਹੀਂ, ਇਹ ਤਾਂ ਗੁਰੂ ਸਾਹਿਬ ਕਰਵਾ ਰਹੇ ਸਾਡੇ ਤੋਂ ਆਪਣਾ ਹੱਥ ਰੱਖ ਕੇ। ਅਤੇ ਤੁਹਾਡੇ ਵੀਰਾਂ ਭਰਾਵਾਂ ਦਾ ਜਿਹੜਾ ਸਹਿਯੋਗ ਸਾਨੂੰ ਜਿਹੜਾ ਮਿਲ ਰਿਹਾ, ਵੀਡੀਓ ਸ਼ੇਅਰ ਜਿਹੜੇ ਕਰਦੇ ਹਾਂ, ਇਹ ਜ਼ਰੂਰ ਵੀਰੋ ਕਰਿਆ ਕਰੋ। ਦੇਖੋ ਅੱਜ ਸ਼ੇਅਰ ਕੀਤੀ ਸੀ ਅਤੇ ਘਰ ਪਹੁੰਚ ਚੁੱਕਾ ਪੱਪੀ। 16 ਸਾਲ ਦੇਖੋ ਕਿੱਡਾ ਲੰਮਾ ਵਕਤ, ਕਿੰਨਾ ਉਸ ਵੀਰ ਨੇ ਕੱਟਿਆ ਹੋਊਗਾ ਆਪਣੇ ਘਰ ਤੋਂ ਦੂਰ, ਅਤੇ ਘਰ ਦੇ ਪਰਿਵਾਰ ਨੇ ਕਿੱਦਾਂ ਕੱਟਿਆ ਹੋਊਗਾ। ਤੁਸੀਂ ਦੇਖਦੇ ਸਾਰਾ ਪਿੰਡ ਪੱਪਾ ਭਾਰ ਹੋਇਆ ਸੀ ਉਹਨੂੰ ਲੈਣ ਦੇ ਲਈ। ਸਾਰੇ ਪਿੰਡ ਦੇ ਵਿੱਚ ਉਹਨੂੰ ਜਿੱਦਾਂ ਦੂਰ ਅਸੀਂ ਘਰ ਤੋਂ ਗੱਡੀ ਖੜ੍ਹੀ ਕੀਤੀ, ਸਾਰੇ ਪਿੰਡ ਤੁਰ ਕੇ ਗਏ, ਕੋਠਿਆਂ 'ਤੇ ਲੋਕ ਚੜ੍ਹੇ ਸੀ, ਮਠਿਆਈਆਂ ਵੰਡੀਆਂ ਲੋਕਾਂ ਨੇ ਪਿੰਡ ਦੇ ਵਿੱਚ, ਅਤੇ ਬੜਾ ਇੱਕ ਕਿਸਮ ਦਾ ਬੱਚੇ ਜਿਹੜੇ ਇਕੱਠੇ ਹੋਏ ਸੀ ਉੱਥੇ। ਬੜਾ ਮਨ ਨੂੰ ਹੋਇਆ ਵੀ ਪਰਮਾਤਮਾ ਤੁਸੀਂ ਜਿਹੜੀ ਸਾਡੇ ਤੋਂ ਸੇਵਾ ਲੈ ਰਹੇ ਹਾਂ, ਗੁਰੂ ਸਾਹਿਬ ਨੇ ਜਿਹੜੀ ਸਾਡੇ ਤੋਂ ਹੱਥ ਰੱਖ ਕੇ ਜਿਹੜੀ ਸੇਵਾ ਲਈ ਆ, ਤੁਹਾਡੀ ਵੀ ਵੀਰੋ ਉਨੀ ਸੇਵਾ ਲੱਗੀ ਸਾਰੇ ਵੀਰਾਂ ਦੀ। ਕਿਉਂਕਿ ਇੱਕ ਅਪੀਲ ਕੀਤੀ ਸੀ ਵੀਰੋ, ਜੇ ਤੁਸੀਂ ਘਰ ਬੈਠੇ ਸੇਵਾ ਕਰਨਾ ਚਾਹੁੰਦੇ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਤੁਸੀਂ ਸ਼ੇਅਰ ਕੀਤੀ, ਉਹਨਾਂ ਵੀਰਾਂ ਨੇ ਲਾਈਕ ਕੀਤੀ, ਅਤੇ ਅੱਜ ਦੇਖੋ ਪੱਪੀ ਆਪਣੇ ਘਰ ਜਾ ਰਿਹਾ। ਇਹ ਤੁਹਾਡੇ ਸਾਰਿਆਂ ਵੀਰਾਂ ਭਰਾਵਾਂ ਦੇ ਸਹਿਯੋਗ ਦੇ, ਜਿਹੜਾ ਭੈਣਾਂ ਦੇ ਸਹਿਯੋਗ ਦੇ ਨਾਲ ਪੱਪੀ ਆਪਣੇ ਪਰਿਵਾਰ 'ਚ ਗਿਆ ਆ। ਤੁਸੀਂ ਵੀ ਉਨੇ ਹੀ ਵਧਾਈ ਦੇ ਹੱਕਦਾਰ ਹੋ ਜਿੰਨੇ ਉਸ ਪਿੰਡ ਨੇ ਸਾਡੀ ਸੁਸਾਇਟੀ ਨੂੰ ਹੱਕਦਾਰ ਬਣਾਇਆ, ਉਨੇ ਹੀ ਹੱਕਦਾਰ ਤੁਸੀਂ ਵਧਾਈ ਦੇ, ਤੁਸੀਂ ਸਾਰੇ ਸਾਡੇ ਵੀਰ ਭੈਣਾਂ ਹੋ। ਬੇਨਤੀ ਆ ਵੀਰੋ, ਚੰਗੇ ਕੰਮ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ, ਇਹ ਹੌਸਲਾ ਵਧਾਈ ਸਮਝ ਲਓ ਵੀ ਸਾਡਾ, ਜਿੱਦਾਂ ਤੁਸੀਂ ਪਿਆਰ ਕਰਦੇ ਹਾਂ ਅਸੀਂ, ਪਰਮਾਤਮਾ ਕਰੇ ਸਾਡੀ ਸੁਸਾਇਟੀ ਇਵੇਂ ਹੀ ਕਿਤੇ ਵੀ ਕਿਤੇ ਲਵਾਰਸ ਕਿਤੇ ਅਨਾਥ ਕਿਤੇ ਹੋਵੇ, ਕਿਸੇ ਨਾਲ ਧੱਕਾ ਹੁੰਦਾ ਹੋਵੇ, ਕੋਈ ਜ਼ਬਰਦਸਤੀ ਕੋਈ ਕੰਮ ਕਰਾਉਂਦਾ ਹੋਵੇ, ਆਪਾਂ ਉਹਨਾਂ ਦੀ ਦੇਖਭਾਲ ਸੇਵਾ ਸੰਭਾਲ ਕਰ ਸਕੀਏ ਤੁਹਾਡੇ ਸਹਿਯੋਗ ਦੇ ਨਾਲ। ਕਿਉਂਕਿ ਜੇ ਤੁਸੀਂ ਸਹਿਯੋਗ ਦਿਓਗੇ, ਅਸੀਂ ਦਿਨ ਰਾਤ ਉਹਨਾਂ ਲਵਾਰਸਾਂ ਨਾਥਾਂ ਦੀ ਸੇਵਾ ਸੰਭਾਲਣ ਕਰਨ ਤਿਆਰ ਹਾਂ। ਬੇਨਤੀ ਆ, ਤੁਸੀਂ ਸਾਰੇ ਕਿਤੇ ਵੀ ਕਿਤੇ ਇੱਦਾਂ ਕਿਤੇ ਧੱਕਾ ਹੁੰਦਾ ਹੋਵੇ, ਤੁਹਾਨੂੰ ਲੱਗੇ ਵੀ ਇਹਨੂੰ ਕਿਤੇ ਬੰਧੂਆ ਮਜ਼ਦੂਰ ਬਣਾਇਆ ਹੋਇਆ, ਇਹ ਤੋਂ ਜ਼ਬਰਦਸਤੀ ਕੰਮ ਲੈ ਰਹੇ ਆ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਸਾਡੇ ਨੰਬਰ ਆ 9412768095। ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲ ਦੇ ਵਿੱਚ ਇਸ ਟਾਈਮ 103 ਬੰਦੇ ਇਸ ਟਾਈਮ ਦੇਖਭਾਲ ਉਹਨਾਂ ਦੀ ਕੀਤੀ ਜਾ ਰਹੀ ਆ। ਉਹਨਾਂ ਵਿੱਚ ਬਜ਼ੁਰਗ ਵੀ ਆ, ਬੱਚੇ ਵੀ ਆ,
ਅਤੇ ਜਿਹੜੇ ਤਕਰੀਬਨ 100 ਦੇ ਲਗਭਗ ਜਿਹੜੇ ਅਸੀਂ ਘਰਾਂ 'ਚ ਪਹੁੰਚਾ ਚੁੱਕੇ ਹਾਂ ਠੀਕ ਕਰਕੇ, ਉਹਨਾਂ ਨੂੰ ਉਹ ਆਪਣੇ ਪਰਿਵਾਰਾਂ ਦੇ ਵਿੱਚ ਇਸ ਟਾਈਮ ਖੁਸ਼ੀਆਂ ਮਾਣ ਰਹੇ ਆ। ਇਹ 2015 ਤੋਂ ਸੁਸਾਇਟੀ ਰਜਿਸਟਰਡ ਚੱਲ ਰਹੀ ਆ। 400 ਪਰਿਵਾਰ ਨੂੰ 30 ਮਹੀਨੇ ਦਾ ਰਾਸ਼ਨ ਵੀ ਦਿੱਤਾ ਜਾ ਰਿਹਾ ਸੁਸਾਇਟੀ ਤੋਂ। 2017 26 ਜਨਵਰੀ ਨੂੰ ਇਸ ਸੁਸਾਇਟੀ ਨੂੰ ਲਵਾਰਸਾ ਨਾਥ ਦੀ ਕਬੀਰ ਮਿਲਿਆ ਸੀ। ਉਸ ਦਿਨ ਤੋਂ ਇਹ ਲਵਾਰਸਾ ਨਾਥਾਂ ਦੀ ਦੇਖਭਾਲ ਕੀਤੀ ਜਾ ਰਹੀ।